हमेशा शांति की अपील की, हमेशा शांति की गल की, कोई भड़काऊ गल नहीं की। जे फिर भी थोड़े मिर्चा लड़ रही है तो फिर तुम आप दिया मिर्चा आप धोवो। सत श्री अकाल दोस्तों, तुसी देख रहे हो पंजाब चिक्की यूट्यूब चैनल। दोस्तों, किसान संघर्ष दलजीत दसांझ भी चर्चा का विषय बनया होया है। तुहानू दस दईए पिछे खबर आई सी भी दलजीत दसांझ दा सुखबीर बादल नाल कोई हिस्सेदारी है। इसके चलते दलजीत दसांझ ने लाइव होकर अपने अंदाज ही विरोधियों को जवाब दिता। उन्हों का जवाब देन का जो अंदाज है वह अलग ही है सारों नूं। आओ दिखाउणे उन्होंने की जवाब दिता अते विरोधियों नूं की कहा, आओ दिखाउणे तुहानू पूरा वीडियो। ਐਂ ਬਹਿ ਕੇ ਬੋਲ ਦਵਾਂ ਜਾਂ ਆਇਆ ਬੈਠਾ ਕੁਰਸੀ ਤੇ? ਕਈ ਆਇਆ ਜਾਂ ਬਹਿ ਕੇ ਦਿੰਦੇ ਹੁੰਦੇ ਨਾ ਭਾਸ਼ਣ? ਠੀਕ ਆ, ਮੈਂ ਗੱਲ ਕਰਨੀ ਸੀ ਇੱਕ ਕੋਈ ਰਿਸਰਚਰ ਆ ਬਹੁਤ ਬੜਾ, ਕਹਿੰਦੇ ਉਹਨੇ ਕੋਈ ਰਿਸਰਚ ਕੀਤੀ ਆ ਬਹੁਤ ਬੜੀ। ਕੱਲ ਪਰਸੋਂ ਦੀ ਨਿਊਜ਼ ਘੁੰਮੀ ਜਾਂਦੀ ਆ ਕਿ ਮੇਰੀ ਜਿਹੜੀ ਫਾਊਂਡੇਸ਼ਨ ਆ ਕੋਈ ਉਹ ਕਿਸੇ ਪੋਲੀਟੀਸ਼ੀਅਨ ਦੇ ਨਾਲ ਕਨੈਕਟਡ ਹੈ। ਬਹੁਤ ਅੱਛੇ ਰਾਜੇ, ਮੈਂ ਤੁਹਾਡੀ ਰਿਸਰਚ ਦੇ ਲਈ 2 ਮਿੰਟ ਦਾ ਮੌਨ ਧਾਰਨਾ ਚਾਹੂੰਗਾ ਯਾਰ। 2 ਮਿੰਟ ਜ਼ਿਆਦਾ ਹੋ ਜਾਣੇ ਆ। ਹੋਰ ਪਤਾ ਨਹੀਂ ਮੇਰੀਆਂ 25-30 ਕੰਪਨੀਆਂ ਨੇ, ਲੱਗੇ ਰਹੋ ਮੇਰਾ ਪੁੱਤ ਇਹੀ ਕੰਮ ਤੇ ਆ। ਤੁਸੀਂ ਕੋਈ ਟੈਨਸ਼ਨ ਨਹੀਂ, ਜਿੰਨਾ ਜ਼ੋਰ ਲੱਗਦਾ ਬੁੱਗੇ ਲਾ ਲਿਓ, ਉੱਥੇ ਤੱਕ ਕੋਈ ਟੈਨਸ਼ਨ ਨਹੀਂ ਆ। ਤੇ ਦਸਾਂਝ ਵਾਲਾ ਇੱਥੇ ਦੇ ਇੱਥੇ ਰਹੂਗਾ, ਬੁੱਗੇ ਜ਼ੋਰ ਲਾ ਲਿਓ। ਇਹਨਾਂ ਬੰਦਿਆਂ ਦਾ ਮਕਸਦ ਹੁੰਦਾ ਕਿ ਅਸਲੀ ਮਕਸਦ ਤੋਂ ਭਟਕਾ ਦੇਣਾ, ਅਸਲੀ ਮਸਲੇ ਤੋਂ ਭਟਕਾ ਦੇਣਾ। ਸੋ ਇਹਨਾਂ ਦਾ ਇਹੀ ਕੰਮ ਹੈ। ਸੋ ਡੋਂਟ ਵਰੀ, ਮੈਂ ਆਪਣੇ ਮੀਡੀਆ ਨੂੰ ਵੀ ਇਹੀ ਕਹੂੰਗਾ ਕਿ ਤੁਸੀਂ ਹਰੇਕ ਗੱਲ ਦੀ ਨਿਊਜ਼ ਨਾ ਬਣਾ ਦਿਆ ਕਰੋ। ਮਤਲਬ ਕਿਸੇ ਨੇ ਕੋਈ ਗੱਲ ਕਰਤੀ ਇੰਟਰਨੈਟ ਤੇ ਉਹਦੀ ਨਿਊਜ਼, ਇਹ ਕਦੇ ਨਿਊਜ਼ ਹੋ ਗਈ ਹੈ ਨਾ। ਸੋ ਚਲੋ, ਬਾਕੀ ਕੰਮ ਵੀ ਹੈ ਕਈਆਂ ਦਾ, ਚਲੋ ਵੀ ਠੀਕ ਆ। ਤੇ ਬਾਕੀ ਮਹਾਰਾਜ ਕਿਰਪਾ ਕਰਨਾ, ਅੱਜ 4 ਤਰੀਕ ਆ ਤੇ ਅੱਜ ਕੋਈ ਹੱਲ ਨਿਕਲਿਆ ਆਵੇ। ਹਮੇਸ਼ਾ ਸ਼ਾਂਤੀ ਦੀ ਅਪੀਲ ਕੀਤੀ ਆ, ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਆ, ਕੋਈ ਭੜਕਾਊ ਗੱਲ ਨਹੀਂ ਕੀਤੀ। ਜੇ ਫੇਰ ਵੀ ਤੁਹਾਡੇ ਮਿਰਚਾਂ ਲੜ ਰਹੀਆਂ ਤੇ ਫੇਰ ਤੁਸੀਂ ਆਪ ਦੀਆਂ ਮਿਰਚਾਂ ਆਪ ਧੋਵੋ। ਵਾਹ ਆਹੀ ਗੱਲ ਕਰਨੀ ਸੀ।